ਵੱਲੋਂ ਜੱਦੀ ਪਿੰਡ ਮੇਰੇ ਗੁਰੂ ਸਾਹਿਬ ਦੇ ਪਿੰਡ ਔਰ ਖਾਸ ਤੌਰ 'ਤੇ ਜਨਮ ਦਿਹਾੜੇ ਦੇ ਉੱਤੇ ਗਰੀਬ ਬੱਚਿਆਂ ਦੇ ਬੱਚੀਆਂ ਦੇ ਜਿਹੜੇ ਆ ਉਹ ਆਨੰਦ ਕਾਰਜ ਕਰਵਾਉਣ ਜਾ ਰਹੇ ਹਾਂ ਅੱਜ ਗੁਰੂ ਸਾਹਿਬ ਦੇ ਆਸ਼ੀਰਵਾਦ ਦੇ ਨਾਲ। ਔਰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਮੈਂ ਇਹਨਾਂ ਦੇ ਇਸ ਕਲੱਬ ਦੇ ਵਿੱਚ ਕਿਸੇ ਇੱਕ ਅਧਲੇ ਜੇ ਇੱਕ ਨਿੱਕੇ ਜਿਹੇ ਬਸ ਸੇਵਾਦਾਰ ਦਾ ਰੋਲ ਅਦਾ ਕਰ ਸਕਦਾ ਅਤੇ ਇਹਨਾਂ ਦੇ ਜ਼ਰੀਏ। ਔਰ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਆਪਣੇ ਇਸ ਨੌਜਵਾਨ ਸੇਵਕ ਸਭਾ ਦਾ ਔਰ ਸਾਰੀ ਸੰਗਤ ਨੂੰ, ਦੇਸ਼ ਵਿਦੇਸ਼ ਵਸ ਦੇ ਪੰਜਾਬੀਆਂ ਨੂੰ ਗੁਰੂ ਸਾਹਿਬ ਦੇ ਜਨਮ ਦਿਨ ਦੀ, ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਬਹੁਤ ਬਹੁਤ ਵਧਾਈ ਦਿੰਦਾ। ਤੇਰੀ ਬਖਸ਼ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ। ਨਾਮ ਧਿਆਇਨ ਸੁਖ ਫਲ ਪਾਇਨ ਆਜ ਪਹਿਰਿਆ ਰਤੈ, ਤੇਰੀ ਸ਼ਰਨ ਚ ਰਹਿ ਪਰਵਾਸੈ ਪੰਜ ਦੁਸ਼ਟ ਲੈ ਸਾਗੈ। ਗਿਆਨ ਧਿਆਨ ਦੁਸ਼ਕਰਮ ਨ ਜਾਣ ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਤੇਰੀ। ਗਿਆਨ ਧਿਆਨ ਦੁਸ਼ਕਰਮ ਨ ਜਾਣ ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਤਿਗੁਰੂ ਮਹਾਰਾਜ ਜੀ ਦੇ ਹਜ਼ੂਰੀ ਦੇ ਅੰਦਰ ਆਪ ਸੰਗਤਾਂ ਜੋ ਬੈਠੀਆਂ ਹੋ, ਬੜੀ ਹੀ ਇਕਾਗਰਤਾ ਦੇ ਨਾਲ ਬੈਠਣ ਦੀ ਕਿਰਪਾਲਤਾ ਕਰੋ ਜੀ। ਚੁੱਪ ਦਾ ਦਾਨ ਬਖਸ਼ਿਸ਼ ਕਰੋ। ਨਾਲ ਇਹ ਆਨੰਦ ਕਾਰਜ ਦੇ ਵਾਸਤੇ ਪਹੁੰਚੀਆਂ ਜੋੜੀਆਂ ਨੂੰ ਬੇਨਤੀ ਹੈ ਕਿ ਜਿਹੜੀ ਜਿਹੜੀ ਸਮਾਰਟ ਜੋੜੀ ਅਜੇ ਸਤਿਗੁਰੂ ਮਹਾਰਾਜ ਜੀ ਦੇ ਹਜ਼ੂਰੀ ਦੇ ਵਿੱਚ ਨਹੀਂ ਪਹੁੰਚੇ ਹਨ, ਥੱਲੇ ਜਾਂ ਇੱਧਰ ਕਿਤੇ ਬੈਠੇ ਹੋਏ ਹਨ, ਉਹਨਾਂ ਨੂੰ ਬੇਨਤੀ ਹੈ ਕਿ ਉਹ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਪਹੁੰਚਣ ਦੀ ਕਿਰਪਾਲਤਾ ਕਰਨ, ਤਾਂ ਜੋ ਆਨੰਦ ਕਾਰਜ ਦੀਆਂ ਜੋ ਰਸਮਾਂ ਹਨ ਉਹਨਾਂ ਨੂੰ ਅਦਾ ਕੀਤਾ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਸਾਹਿਬ ਸੰਗਤ ਜੀ, ਖਾਸ ਕਰਕੇ ਭੈਣਾਂ ਨੂੰ ਬੇਨਤੀ ਹੈ ਜਿਨ੍ਹਾਂ ਤੱਕ ਸਤਿਗੁਰੂ ਮਹਾਰਾਜ ਜੀ ਹਜ਼ੂਰੀ ਦੇ ਵਿੱਚ ਬੈਠਣਾ ਹੈ, ਸਿਰ ਕੱਜ ਕੇ ਗੱਲਾਂ ਨਹੀਂ ਕਰਨੀਆਂ, ਚੁੱਪ ਦਾ ਦਾਨ ਬਖਸ਼ਣਾ ਹੈ। ਫਿਰ ਦੁਬਾਰਾ ਬੇਨਤੀ ਕੀਤੀ ਜਾਂਦੀ ਹੈ ਭੈਣਾਂ ਨੂੰ, ਖਾਸ ਕਰਕੇ ਸਿਰ ਕੱਜ ਕੇ ਬੈਠਣਾ, ਗੱਲਾਂ ਨਹੀਂ ਕਰਨੀਆਂ, ਚੁੱਪ ਦਾ ਦਾਨ ਬਖਸ਼ਣਾ ਹੈ। ਸਤਿਗੁਰੂ ਮਹਾਰਾਜ ਜੀ ਪਾਵਨ ਪਵਿੱਤਰ ਹਜ਼ੂਰੀ ਗੱਲਾਂ ਨਹੀਂ ਕਰਨੀਆਂ, ਵਾਹਿਗੁਰੂ ਜੀ ਹੋ ਰਿਹਾ ਜੈਸਾ ਸਤਿਗੁਰ ਸੁਣੀ।
ਲਿਆ ਕਰਾਂਗੇ ਤੇ ਸਟੇਲ ਕਰਨੀ ਨਹੀਂ ਕਰੀ ਹਰ ਨਾਮ ਇਸ ਪਿੰਡ ਸਭ ਤੰਗ ਹੈ
ਸਾਹਿਬ